ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਤਨਿੱਗੀ ਸਤਿ ਸ੍ਰੀ ਅਕਾਲ, ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਬੀਬੀ ਜਗੀਰ ਕੌਰ ਹੋਰਾਂ ਦੀ। ਖਬਰ ਆ ਰਹੀ ਹੈ ਸਾਹਮਣੇ ਕਿ 14 ਮਾਰਚ ਨੂੰ ਦੁਬਾਰਾ ਤੋਂ ਅਕਾਲੀ ਦਲ ਦੇ ਵਿੱਚ ਆ ਰਹੇ ਨੇ ਵਾਪਸ। ਦੇਖੋ ਜੀ, 14 ਮਾਰਚ ਹੈਗੀ ਕੱਲ ਨੂੰ, ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੱਲ ਨੂੰ ਵਾਪਸ ਆ ਜਾਣਾ। ਵੈਸੇ ਪਹਿਲਾ ਸਵਾਲ ਤਾਂ ਇਹ ਵੀ ਹੋ ਸਕਦਾ ਵੀ ਉਹ ਅਕਾਲੀ ਦਲ ਤੋਂ ਵੱਖ ਹੋਏ ਸੀ ਕਿ ਨਹੀਂ। ਇਹੀ ਸਵਾਲ ਜਦੋਂ ਬੀਬੀ ਜਗੀਰ ਕੌਰ ਨੂੰ ਕਰਦੇ ਤਾਂ ਉਹ ਇਹ ਗੱਲ ਕਹਿੰਦੇ ਕਿ ਮੈਂ ਅਕਾਲੀ ਦਲ ਕਦੋਂ ਛੱਡਿਆ, ਮਤਾ ਪਾ ਕੇ ਤਾਂ ਉਹਨਾਂ ਨੇ ਕੱਢਿਆ, ਪਰ ਹੁਣ ਪਤਾ ਲੱਗਾ ਵੀ ਕੱਲ ਉਹ ਮਤਾ ਵਾਪਸ ਲੈ ਲਿਆ ਗਿਆ, ਜਿਹਦੇ ਵਿੱਚ ਉਹਨਾਂ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀ ਗੱਲ ਕਹੀ ਸੀ। ਬੀਬੀ ਜਗੀਰ ਕੌਰ ਦੇ ਨਾਲ ਜਦੋਂ ਵੀ ਗੱਲ ਹੋਈ ਆ, ਭਾਵੇਂ ਮੇਰੀ ਹੋਈ ਹੋਵੇ ਭਾਵੇਂ ਕਿਸੇ ਹੋਰ ਪੱਤਰਕਾਰ ਦੀ ਹੋਈ ਆ, ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਜੀ ਕਿ ਮੈਂ ਅਕਾਲੀ ਦਲ ਵਿੱਚ ਹੀ ਹਾਂ। ਮੈਂ ਕਦੋਂ ਕਿਸੇ ਹੋਰ ਪਾਰਟੀ 'ਚ ਗਏ ਆ, ਮੈਂ ਅਕਾਲੀ ਦਲ ਦੇ ਵਿੱਚ ਹੀ ਰਹੂੰਗੀ। ਹਾਂ, ਮੇਰੇ ਮਸਲੇ ਆ, ਮੇਰੇ ਮਸਲਿਆਂ ਦਾ ਉਹ ਹੱਲ ਕਰਨ ਤੇ ਫਿਰ ਆਪਾਂ ਵਿਚਾਰ ਕਰ ਲਾਂਗੇ। ਸੋ ਹੁਣ ਜਦੋਂ ਇਸ ਵੇਲੇ ਚੋਣਾਂ ਸਿਰ ਦੇ ਉੱਤੇ ਆ, ਅਕਾਲੀ ਦਲ ਆਪਦੇ ਪੁਰਾਣੇ ਸਾਥੀਆਂ ਨੂੰ ਵਾਪਸ ਲੱਭ ਲੱਭ ਕੇ ਲਿਆ ਰਿਹਾ। ਅਕਾਲੀ ਦਲ ਚਾਹੁੰਦਾ ਜੀ ਕਿ ਹੁਣ ਇਹ ਸਾਰੇ ਵਾਪਸ ਆ ਜਾਣ, ਤੇ ਜਦੋਂ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦਾ ਸੰਯੁਕਤ ਅਕਾਲੀ ਦਲ ਵਾਪਸ ਇੱਧਰ ਆ ਗਿਆ, ਸੰਯੁਕਤ ਅਕਾਲੀ ਦਲ ਦਾ ਚਲੋ ਮਰਜ਼ੀ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਤੇ ਉਦੋਂ ਹੁਣ ਬੀਬੀ ਜਗੀਰ ਕੌਰ ਨੂੰ ਫੋਨ ਗਿਆ ਹੈਗਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ। ਬੀਬੀ ਨੇ ਇਹ ਗੱਲ ਕਹੀ, ਉਹ ਕਹਿੰਦੀ ਜੀ ਸੁਖਬੀਰ ਸਿੰਘ ਬਾਦਲ ਦਾ ਫੋਨ ਆਇਆ, ਕਹਿੰਦੇ ਅਸੀਂ ਤੁਹਾਡੇ ਘਰ ਆਉਣਾ ਚਾਹੁੰਦੇ। ਮੈਂ ਕਿਹਾ ਜੀ ਵੈਲਕਮ, ਮੋਸਟ ਵੈਲਕਮ, ਆ ਜਾਓ ਜੀ ਆਇਆਂ ਨੂੰ। ਪੱਤਰਕਾਰਾਂ ਨੇ ਪੁੱਛਿਆ ਜੀ ਕਿ ਕੀ ਤੁਸੀਂ ਖਡੂਰ ਸਾਹਿਬ ਤੋਂ ਚੋਣ ਲੜੋਂਗੇ? ਕੀ ਉਹ ਕਹਿੰਦੀ ਜੀ ਮੇਰੇ ਨਾਲ ਐਸੀ ਕੋਈ ਗੱਲ ਨਹੀਂ ਹੋਈ, ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਜੀ ਕਿ ਉਹ ਆ ਰਹੇ ਹਨ। ਸੋ ਕੱਲ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਹੈ ਕਿ ਉਹ ਆ ਰਹੇ ਹਨ। ਸੋ ਕੱਲ ਨੂੰ ਜੀ ਮੇਰਾ ਖਿਆਲ ਆ ਵੀ 12-1 ਵਜੇ ਦੇ ਕਰੀਬ ਕਰੀਬ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਪੂਰੀ ਉਹਨਾਂ ਦੀ ਟੀਮ ਆ ਜਿਹੜੀ ਉਹ ਜਾਊਗੀ ਬੀਬੀ ਜਗੀਰ ਕੌਰ ਦੇ ਡੇਰੇ ਦੇ ਵਿੱਚ, ਜਿਹੜਾ ਡੇਰਾ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲੇ ਤੇ ਬੇਗੋਵਾਲ ਦੇ ਵਿੱਚ, ਤੇ ਉੱਥੇ ਜਾ ਕੇ ਉਹਨਾਂ ਨੇ ਸੰਪਰਕ ਕਰਨਾ ਹੈਗਾ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਦੀ ਵਾਪਸ ਲੈਂਦਾ ਜਾਊਗਾ। ਜਦੋਂ ਕੱਲ੍ਹ ਪੱਤਰਕਾਰਾਂ ਨੇ ਕਿਹਾ ਜੀ ਕਿ ਤੁਹਾਡੀ ਘਰ ਵਾਪਸੀ ਹੋ ਰਹੀ ਆ, ਉਹ ਕਹਿੰਦੇ ਜੀ ਘਰ ਵਾਪਸੀ ਉਹਦੀ ਮੰਨਦੇ ਆ ਜਿਹਨੂੰ ਘਰ ਛੱਡਿਆ ਹੋਵੇ ਤੇ ਘਰ ਛੱਡ ਕੇ ਤੇ ਵਾਪਸ ਆ ਰਿਹਾ ਹੋਵੇ। ਮੈਂ ਤਾਂ ਘਰ ਛੱਡਿਆ ਹੀ ਨਹੀਂ, ਮੈਂ ਕਿਸੇ ਹੋਰ ਪਾਰਟੀ 'ਚ ਗਈ ਨਹੀਂ, ਮੈਂ ਕਿਸੇ ਪਾਰਟੀ ਦੇ ਹੋਰ ਪੱਖ ਦੇ ਵਿੱਚ ਬਿਆਨ ਦਿੱਤਾ ਨਹੀਂ, ਤੇ ਮੇਰੀ ਘਰ ਵਾਪਸੀ ਕਾਹਦੀ, ਮੈਂ ਤਾਂ ਇੱਥੇ ਹੀ ਸੀ। ਹਾਂ, ਉਹਨਾਂ ਨੇ ਮੇਰੇ ਖਿਲਾਫ਼ ਕਾਰਵਾਈ ਕੀਤੀ, ਉਹ ਆਪੇ ਉੱਤਰ ਦੇਣ, ਤੁਸੀਂ ਉਹਨਾਂ ਨੂੰ ਸਵਾਲ ਕਰੋ। ਪਰ ਪਤਾ ਇਹ ਲੱਗਾ ਕਿ ਬੀਬੀ ਜਗੀਰ ਕੌਰ ਨੂੰ ਕੱਲ੍ਹ ਨੂੰ ਵਾਪਸ ਲਿਆਂਦਾ ਜਾ ਰਿਹਾ। ਬੀਬੀ ਜਗੀਰ ਕੌਰ ਨੇ ਇਹ ਗੱਲ ਕਹੀ ਹੈ ਕਿ ਮੇਰੇ ਮਸਲੇ ਉੱਡੇ ਦੇ ਉੱਡੇ ਹੀ ਆ, ਮੈਂ ਉਹ ਗੱਲ ਫਿਰ ਰੱਖੂੰਗੀ ਵੀ ਲਿਫਾਫੇ ਦੇ ਵਿੱਚੋਂ ਜਥੇਦਾਰ ਕਿਉਂ ਨਿਕਲਦਾ, ਬਾਕੀ ਸਾਰੇ ਮੁੱਦੇ ਮੇਰੇ ਪਹਿਲਾਂ ਦੇ ਵਾਂਗੂ ਹੀ ਆ। ਤੇ ਕਹਿਣ ਦਾ ਭਾਵ ਇਹ ਆ ਕਿ ਅਕਾਲੀ ਦਲ ਆਪਣੇ ਇੱਕ ਪੁਰਾਣੇ ਸਾਥੀ ਨੂੰ ਇੱਕ ਵਾਰ ਫਿਰ ਨਾਲ ਜੋੜ ਰਿਹਾ ਜੀ। ਜੀ ਬਿਲਕੁਲ, ਟੈਣਾ ਸਾਹਿਬ, ਹਲੇ ਤਾਂ ਹੋਰ ਬਹੁਤ ਸਾਰੇ ਸਾਥੀ ਜਿਹੜੇ ਵਾਪਸ ਆਉਣਗੇ, ਕਈ ਪਾਰਟੀਆਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਣਗੀਆਂ। ਪਰ ਗੱਲ ਇਹ ਹੈ ਕਿ ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਲੜਦੇ ਨੇ, ਉਹਨਾਂ ਨੂੰ ਕੋਈ ਸਮਝ ਆਊਗੀ ਕਿ ਨਹੀਂ ਆਊਗੀ, ਉਹ ਤਾਂ ਆਪਣੇ ਆਪ ਹੀ ਅੱਡ ਅੱਡ ਹੋ ਜਾਂਦੇ ਨੇ, ਪਰ ਇਹ ਕਦੋਂ ਇਕੱਠੇ ਹੋ ਜਾਂਦੇ ਨੇ ਇਹਨਾਂ ਬਾਰੇ ਪਤਾ ਹੀ ਨਹੀਂ ਲੱਗਦਾ। ਦੇਖੋ ਜੀ, ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਰਾਜਨੀਤਿਕ ਲੋਕ ਆ ਨਾ ਜਿਹੜੇ, ਉਹਨਾਂ ਦੀ ਬੁੱਧੀ ਆ ਜਿਹੜੀ ਉਹ ਸਾਡੇ ਤੋਂ ਵੱਧ ਤੀਖਣ ਆ, ਬਹੁਤ ਤਿੱਖੀ ਆ। ਅਸੀਂ ਹੈਗੇ ਹਾਂ ਥੋੜ੍ਹੇ ਜਿਹੇ ਚੱਕਵੇਂ ਲੋਕ, ਅਸੀਂ ਪਲ ਦੇ ਵਿੱਚ ਕਿਸੇ ਦੇ ਹਾਂ, ਪਲ ਦੇ ਵਿੱਚ ਉਹਦੇ ਖਿਲਾਫ਼ ਹਾਂ। ਤੁਸੀਂ ਲੰਘੇ ਵੇਲੇ ਦੇ ਵਿੱਚ ਵੇਖੋ ਜੋ ਜੋ ਕੁਝ ਵੀ ਪੰਜਾਬ ਦੇ ਵਿੱਚ ਘਟਨਾਵਾਂ ਵਾਪਰੀਆਂ, ਉਹਦੇ ਵਿੱਚ ਅਸੀਂ ਮਿੰਟ ਦੇ ਵਿੱਚ ਕੁਛ ਸੀ ਤੇ ਦੂਜੇ ਮਿੰਟ ਦੇ ਵਿੱਚ ਕੁਛ ਸੀ। ਆਹ ਹੁਣ ਮੈਂ ਕੱਲ੍ਹ ਵੀ ਹੈਰਾਨ ਹੈ ਇਸ ਗੱਲੋਂ ਵੀ ਕੱਲ੍ਹ ਇੱਧਰ ਹਰਿਆਣੇ ਦੇ ਵਿੱਚ ਨਵੀਂ ਸਰਕਾਰ ਬਣੀ ਹੈ, ਤੇ ਉੱਧਰ ਜਿਹੜੇ ਸੀਗੇ ਜਨ ਨਾਇਕ ਜਨਤਾ ਪਾਰਟੀ ਦਾ ਇੱਕ ਮੰਤਰੀ, ਉਹਦੇ ਇੱਕ ਕਰੀਬੀ ਨੂੰ ਅਖੇਜੀ ਕਿਸਾਨਾਂ ਨੇ ਘੇਰ ਕੇ ਕੁੱਟਿਆ। ਹੁਣ ਆਹ ਤਾਂ ਕੋਈ ਮਸਲੇ ਦਾ ਹੱਲ ਨਹੀਂ ਆ, ਇਹ ਕੁੱਟ ਦੇਣਾ, ਕੋਈ ਇੱਦਾਂ ਤੰਗ ਕਰ ਦੇਣਾ, ਇਹ ਕੋਈ ਮਸਲੇ ਦਾ ਹੱਲ ਨਹੀਂ ਆ। ਅਸੀਂ ਤਾਂ ਇਹ ਭੜਕਾਹਟ ਦੇ ਵਿੱਚ ਆ ਕੇ ਕੁਛ ਵੀ ਕਰ ਦਿੰਦੇ ਹਾਂ। ਸੋ ਗੱਲ ਇਹ ਆ ਵੀ ਜਿਹੜੇ ਲੋਕ ਆ ਉਹ ਆਪਸ ਦੇ ਵਿੱਚ ਲੜਨੋਂ ਹਟਣਗੇ, ਵੰਡਿਆਂ ਦੇ ਵਿੱਚੋਂ ਬਾਹਰ ਨਿਕਲਣਗੇ, ਸੋਚ ਅਪਣਾਉਣਗੇ ਤਾਂ ਹੀ ਆ ਨਾ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ, ਜਲੰਧਰ ਦੇ ਵਿੱਚ ਹੀ ਇੱਕ ਬਿੱਲੀ ਵੜਿੰਗ ਪਿੰਡ ਆ, ਇਸ ਪਿੰਡ ਦਾ ਇੱਕ ਮੁੰਡਾ ਜਿਹੜਾ ਉਹ ਦੁਬਈ ਦੇ ਵਿੱਚ ਗਿਆ ਸੀ ਕਈ ਸਾਲ ਪਹਿਲਾਂ, ਉੱਥੇ ਉਹ ਟਰਾਲਾ ਚਲਾਉਂਦਾ ਸੀ। ਇੱਕ ਦਿਨ ਉਹ ਟਰਾਲਾ ਚਲਾਉਂਦਾ ਸੀਗਾ ਤੇ ਉਹਦੀ ਗੱਡੀ ਦੇ ਥੱਲੇ ਇੱਕ ਮੁੰਡਾ ਆ ਗਿਆ, ਉਹ ਗੱਡੀ ਥੱਲੇ ਮੁੰਡਾ ਆ ਗਿਆ, ਉਹ ਗੱਡੀ ਉਹਦੀ ਕਾਰ ਖਰਾਬ ਹੋਈ ਸੀ, ਉਹ ਕਾਰ ਠੀਕ ਕਰੀ ਜਾਂਦਾ ਸੀਗਾ, ਇਹਦਾ ਕੋਲੋਂ ਟਰੱਕ ਲੰਘਦਾ ਸੀ, ਬੈਲੈਂਸ ਵਿਗੜ ਗਿਆ, ਇਹਦੇ ਟਰੱਕ ਦੇ ਥੱਲੇ ਬੰਦਾ ਆ ਗਿਆ, ਲਓ ਜੀ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹਨੂੰ ਜੇਲ੍ਹ ਹੋ ਗਈ, ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ, ਪਰ ਪਰਿਵਾਰ ਨੇ ਗੱਲ ਕਹੀ ਕਿ 50 ਲੱਖ ਰੁਪਏ ਦੀ ਬਲੱਡ ਮਨੀ ਦਿਓ, ਫਿਰ ਬਾਹਰ ਤੁਹਾਨੂੰ ਅਸੀਂ ਬਖਸ਼ਾਂਗੇ ਤੁਹਾਨੂੰ। ਹੁਣ ਉਹਦਾ ਪਾਸਪੋਰਟ ਉੱਥੇ ਪੁਲਿਸ ਦੇ ਕੋਲੇ ਆ, ਉਹਨੂੰ ਵਾਪਸ ਨਹੀਂ ਆਉਣ ਦਿੰਦੇ ਉਹਨਾਂ ਚਿਰ ਜਿੰਨੀ ਦੇਰ ਤੱਕ ਉਹਦੀ ਬਲੱਡ ਮਨੀ ਨਹੀਂ ਮਿਲਦੀ।
ਤੇ ਭੈਣੀ ਬੜਿੰਗ ਜਿਹੜਾ ਇਹ ਪਿੰਡ ਹੈਗਾ ਬਿੱਲੀ ਬੜਿੰਗ, ਇਸ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਮਿਲੀ ਵੀ ਭਾਈ 50 ਲੱਖ ਦਾ ਰੌਲਾ, ਪੂਰੇ ਪਿੰਡ ਨੇ 50 ਲੱਖ ਰੁਪਈਆ ਇਕੱਠਾ ਕਰਤਾ। 50 ਲੱਖ ਕੁਛ ਪਰਿਵਾਰ ਨੇ ਪਾਏ, ਕੁਛ ਪਿੰਡ ਨੇ ਇਕੱਠੇ ਕਰਤੇ, ਕਿਸੇ ਨੇ 5,000, ਕਿਸੇ ਨੇ 2,000, ਕਿਸੇ ਨੇ 20,000, ਕਿਸੇ ਨੇ 50,000, ਐਂ ਕਰਕੇ ਜੀ ਪੂਰਾ ਹੁਣ 50 ਲੱਖ ਰੁਪਇਆ ਇਕੱਠਾ ਹੋ ਗਿਆ। ਤੇ ਹੁਣ ਇਹ ਪੈਸਾ ਉਹਨਾਂ ਨੂੰ ਬਲੱਡ ਮਨੀ ਦੇ ਤੌਰ ਤੇ ਦਿੱਤਾ ਜਾ ਰਿਹਾ, ਤੇ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਆ ਜਾਣਾ ਉਸ ਮੁੰਡੇ ਨੇ। ਤੁਸੀਂ ਦੇਖੋ ਵੀ ਇਹੋ ਜਿਹੀਆਂ ਵੀ ਲੋਕਾਂ 'ਚ ਉਦਾਹਰਨਾਂ ਹੈਗੀਆਂ, ਤਮਾਸ਼ਬੀਨ ਵੀ ਘੱਟ ਨਹੀਂ ਹੈਗੇ ਤੇ ਚੰਗੇ ਲੋਕ ਵੀ ਥੋੜੇ ਨਹੀਂ ਹੈਗੇ। ਆਹ ਜਿਹੜੀਆਂ ਗੱਲਾਂ, ਜੇਕਰ ਜਿਵੇਂ ਆਹ ਪਿੰਡ ਦੇ ਲੋਕਾਂ ਨੇ ਏਕਾ ਦਿਖਾਇਆ, ਮੈਂ ਨਾ ਵੀ ਜੇ ਸਾਰੇ ਪਿੰਡ ਇਵੇਂ ਏਕਾ ਕਰ ਲੈਣ, ਇੱਕ ਦੂਜੇ ਦੀ ਮਦਦ ਕਰਨ, ਸਰਕਾਰ ਦੀ ਲੋੜ ਹੀ ਕੋਈ ਨਹੀਂ ਪੈਣੀ, ਭਾਵੇਂ ਕਿਸੇ ਪਾਰਟੀ ਦੀ ਆਵੇ ਕਿਸੇ ਪਾਰਟੀ ਦੀ ਨਾ ਆਵੇ, ਲੋੜ ਹੀ ਕੋਈ ਨਹੀਂ ਪੈਣੀਗੀ, ਪਰ ਸਾਨੂੰ ਏਕਾ ਕਰਨਾ ਪਊਗਾ। ਬਿਲਕੁਲ ਤੁਹਾਡੀ ਗੱਲ 100% ਸਹੀ ਹੈ ਟਾਣਾ ਸਾਹਿਬ, ਕਿ ਏਕਾ ਕਰਨਾ ਪਊਗਾ। ਪਰ ਹਰਿਆਣੇ 'ਚ ਕੀ ਹੋ ਗਿਆ ਟਾਣਾ ਸਾਹਿਬ? ਕਹਿੰਦੇ ਕਿ ਖੱਟਰ ਸਾਹਿਬ ਨੂੰ ਲਾਂਭੇ ਕਰ ਦਿੱਤਾ ਤੇ ਨਾਇਬ ਸਿੰਘ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ ਜੀ। ਬਿਲਕੁਲ ਜੀ ਬਿਲਕੁਲ, ਹਰਿਆਣੇ ਦੇ ਵਿੱਚ ਨਾ ਬੜਾ ਵੱਡਾ ਫੇਰਬਦਲ ਹੋਇਆ। ਅਸਲ ਦੇ ਵਿੱਚ ਉੱਥੇ ਬੀਜੇਪੀ ਤੇ ਜੇਜੇਪੀ, ਜਿਹਨੂੰ ਅਸੀਂ ਜਨਨਾਇਕ ਜਨਤਾ ਪਾਰਟੀ ਕਹਿੰਦੇ ਹਾਂ, ਇਹਨਾਂ ਦੋਹਾਂ ਦੀ ਸਰਕਾਰ, ਉਹ ਹੁਣ ਜਨਨਾਇਕ ਜਨਤਾ ਪਾਰਟੀ ਚਾਹੁੰਦੀ ਸੀ ਵੀ ਸਾਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਘੱਟੋ ਘੱਟ 2 ਸੀਟਾਂ ਮਿਲਣ। ਦੁਸ਼ਯੰਤ ਚੌਟਾਲਾ ਜਨਨਾਇਕ ਜਨਤਾ ਪਾਰਟੀ ਦੇ ਆਗੂ ਆ, ਉਹਨਾਂ ਨੇ ਅਮਿਤ ਸ਼ਾਹ ਨਾਲ ਵੀ ਮੀਟਿੰਗ ਕੀਤੀ ਸੀ, ਪਰ ਗੱਲ ਸੈਟਿੰਗ ਨਹੀਂ ਬੈਠੀ, ਗੱਲ ਸਿਰੇ ਨਹੀਂ ਲੱਗੀ, ਜਿਹਦੇ ਕਰਕੇ ਉਹਨਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ। ਤੇ ਹਰਿਆਣੇ ਵਿੱਚ ਕਿਸੇ ਵੀ ਪਾਰਟੀ ਦੇ ਕੋਲ ਬਹੁਮਤ ਹੈ ਨੀਗਾ, ਮੇਰਾ ਖਿਆਲ ਆ ਜੇਕਰ ਮੈਂ ਗਲਤ ਨਾ ਹੋਵਾਂ 40-41 ਸੀਟਾਂ ਜਿਹੜੀਆਂ ਉਹ ਇਸ ਵੇਲੇ ਹੈਗੀਆਂ ਬੀਜੇਪੀ ਕੋਲੇ, 10 ਸੀਟਾਂ ਹੈਗੀਆਂ ਜੀ ਜਨਨਾਇਕ ਜਨਤਾ ਪਾਰਟੀ ਕੋਲੇ, ਤੇ ਸ਼ੈਲਗਾ ਦਾ ਬਹੁਮਤ ਆ। ਸੋ ਇਸ ਕਰਕੇ ਜਿਹੜੀਆਂ ਘਟਦੀਆਂ ਸੀ ਉਹ ਜਨਨਾਇਕ ਜਨਤਾ ਪਾਰਟੀ ਦੇ ਕਰਕੇ ਪੂਰੀਆਂ ਸੀ, ਤੇ ਜਿਹਦੇ ਕਰਕੇ ਜਨਨਾਇਕ ਜਨਤਾ ਪਾਰਟੀ ਦਾ ਡਿਪਟੀ ਸੀਐਮ ਸੀ ਤੇ ਕੁਝ ਕੁ ਹੋਰ ਅਹੁਦੇ ਸੀਗੇ। ਪਰ ਹੁਣ ਜਦੋਂ ਲੋਕ ਸਭਾ ਦੇ ਲਈ ਨਹੀਂ ਸੀਟ ਮਿਲਦੀ ਸੀ ਤਾਂ ਉਹਨਾਂ ਨੇ ਫਿਰ ਜੀ ਅੱਡ ਹੋ ਗਏ, ਉਹ ਅੱਡ ਹੋ ਗਏ ਆ, ਤੇ ਫਿਰ ਸਰਕਾਰ ਘਾਟੇ 'ਚ ਆ ਗਈ ਤੇ ਭਰੋਸੇ ਦੇ ਵਿੱਚੋਂ ਬਾਹਰ ਨਿਕਲ ਗਈ, ਬਹੁਮਤ 'ਚੋਂ ਬਾਹਰ ਨਿਕਲ ਗਈ ਤਾਂ ਡਿੱਗ ਪਈ। ਮਨੋਹਰ ਲਾਲ ਖੱਟੜ ਨੇ ਤੇ ਬਾਕੀ ਸਾਰੇ ਮੰਤਰੀਆਂ ਨੇ ਅਸਤੀਫਾ ਦੇਤਾ, ਪਰ ਹੁਣ ਪਤਾ ਲੱਗਾ ਜੀ ਕਿ ਇਸੇ ਪਾਰਟੀ ਦੇ ਬੀਜੇਪੀ ਦੇ ਹੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣ ਗਏ ਆ। ਇਹ ਮਨੋਹਰ ਲਾਲ ਖੱਟੜ ਦੇ ਚੇਲੇ ਆ, ਜਾਤੀਗਤ ਸਮੀਕਰਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਮੂਹਰੇ ਕੀਤਾ ਗਿਆ, ਖੱਟੜ ਹੋਰਾਂ ਨੇ ਹੀ ਮੂਹਰੇ ਕੀਤਾ ਇੱਕ ਤਰੀਕੇ ਦੇ ਨਾਲ। ਹੁਣ ਦੂਜੀ ਦੇ ਵਿੱਚ ਮਹੱਤਵਪੂਰਨ ਗੱਲ ਇਹ ਆ ਵੀ ਜਦੋਂ ਬਹੁਮਤ ਹੈ ਨੀਗਾ ਤੇ ਫਿਰ ਸਰਕਾਰ ਕਿਵੇਂ ਬਣ ਗਈ? ਅਸਲ ਦੇ ਵਿੱਚ ਇੱਥੇ 6 ਆਜ਼ਾਦ ਵਿਧਾਇਕ ਆ, ਉਹਨਾਂ 6ਾਂ ਦਾ ਸਹਿਯੋਗ ਮਿਲ ਗਿਆ ਤੇ ਸਰਕਾਰ ਉਹਨਾਂ ਨੇ ਫਿਰ ਬਣਾ ਲਈ ਆ। ਸੋ ਇਹ ਬੀਜੇਪੀ ਦੇ ਵਿੱਚ ਬਹੁਤ ਵੱਡਾ ਟ੍ਰੈਂਡ ਆ ਵੀ ਚੋਣਾਂ ਤੋਂ ਪਹਿਲਾਂ ਸੀਐਮ ਤਬਦੀਲ ਕਰੋ, ਕਿਵੇਂ ਵੀ ਕਰੋ ਚੋਣਾਂ ਤੋਂ ਪਹਿਲਾਂ ਸੀਐਮ ਤਬਦੀਲ ਕਰੋ, ਤੇ ਉਹ ਉਹਨਾਂ ਨੇ ਕਰ ਵੀ ਲਿਆ ਹੈ ਤੇ ਕਰ ਵੀ ਦਿੱਤਾ ਹੈ। ਸੋ ਇਹ ਹੈ ਜੀ ਕਿ ਹੁਣ ਉੱਥੇ 10-10 ਸੀਟਾਂ ਦੇ ਉੱਤੇ ਬੀਜੇਪੀ ਚੋਣ ਲੜੂਗੀ, ਵੇਨੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਇਹ ਆ ਵੀ ਉੱਥੇ ਰਾਤੋ ਰਾਤ ਜਿਵੇਂ ਫੇਰਬਦਲ ਹੋਇਆ, ਕਮਾਲ ਹੋ ਗਈ ਆ, ਤੇ ਸਾਰੇ ਮੰਤਰੀਆਂ ਨੇ ਅਸਤੀਫਾ ਦਿੱਤਾ ਸੀ ਤੇ ਹੁਣ ਨਾਇਬ ਸਿੰਘ ਸੈਣੀ ਦੇ ਨਾਲ 5 ਮੰਤਰੀਆਂ ਨੇ ਸਹੁੰ ਚੁੱਕੀ ਆ, ਇਹ 5 ਦੇ 5 ਖੱਟਣ ਵਾਲੀ ਆ ਜੀ। ਜੀ ਟਾਣਾ ਸਾਹਿਬ, ਪਰ ਉਧਰ ਬੀਜੇਪੀ ਗੁਰਦਾਸਪੁਰ ਦੀ ਜੇ ਆਪਾਂ ਗੱਲ ਕਰੀਏ ਤਾਂ ਬੀਜੇਪੀ ਕਹਿੰਦੇ ਉੱਥੋਂ ਸਥਾਨਕ ਉਮੀਦਵਾਰ ਲੱਭਣ ਦੇ ਵਿੱਚ ਲੱਗੀ ਹੋਈ ਹੈ ਜੀ, ਪੂਰਾ ਜ਼ੋਰ ਲੱਗਿਆ ਹੋਇਆ। ਦੇਖੋ ਜੀ, ਇਹ ਲਾਉਣਾ ਵੀ ਚਾਹੀਦਾ, ਲੱਗਾ ਵੀ ਹੋਇਆ ਤੇ ਲੱਗੂਗਾ ਵੀ, ਉਹਦਾ ਕਾਰਨ ਵੀ ਮੇਰਾ ਖਿਆਲ ਵੀ ਲੋਕਾਂ ਦੇ ਵਿੱਚੋਂ ਉਹਨਾਂ ਨੇ ਰਾਏ ਲੈ ਲਈ ਹੋਣੀ ਹੈ ਵੀ ਭਾਈ ਐਤਕੀ ਬਾਹਰਲਾ ਕੋਈ ਵੀ ਉਮੀਦਵਾਰ ਹੋਵੇ ਲੋਕਾਂ ਨੇ ਮੂੰਹ ਨਹੀਂ ਲਾਉਣਾ। ਸੰਨੀ ਦਿਓਲ ਨੇ ਇਹੋ ਜਿਹੀਆਂ ਪੂਛਾਂ ਚੁਕਾਈਆਂ ਇਹਨਾਂ ਦੀਆਂ ਵੀ ਭਾਈ ਮੇਰਾ ਖਿਆਲ ਨਹੀਂ ਕਿ ਭਵਿੱਖ ਦੇ ਵਿੱਚ ਪੰਜਾਬ ਦੇ ਲੋਕ ਕਿਸੇ ਫਿਲਮੀ ਕਲਾਕਾਰ ਨੂੰ ਵੋਟਾਂ ਪਾਉਣਗੇ। ਮੈਨੂੰ ਤਾਂ ਇੱਕ ਅੱਜ ਹੋਰ ਗਲਤੀ ਲੱਗੀ ਜਾਂਦੀ ਹੈ, ਕਹਿੰਦੇ ਜੀ ਪਟਿਆਲੇ ਤੋਂ ਰਾਜ ਬੱਬਰ ਨੂੰ ਚੋਣ ਲੜਾਉਣ ਦੀ ਤਿਆਰੀ 'ਚ ਆ ਕਾਂਗਰਸ। ਮੈਨੂੰ ਨਹੀਂ ਲੱਗਦਾ ਵੀ ਹੁਣ ਫਿਲਮਾਂ ਵਾਲਿਆਂ ਨੂੰ ਪਹਿਲਾਂ ਵਾਂਗੂ ਲੋਕ ਵੋਟਾਂ ਪਾਉਣਗੇ। ਤੁਸੀਂ ਸੋਚ ਕੇ ਦੇਖੋ ਵੀ ਸਾਡੇ ਘਰੇ ਕੋਈ ਫਿਲਮੀ ਕਲਾਕਾਰ ਵੋਟ ਮੰਗਣਾ ਜੀ, ਤੇ ਜਦੋਂ ਸਾਨੂੰ ਪਤਾ ਹੀ ਹੈ ਵੀ ਨਾ ਸਾਡੇ ਬਾਰੇ ਉਹ ਜਾਣਦਾ ਨਾ ਅਸੀਂ ਉਹਦੇ ਬਾਰੇ ਉਹ ਜਾਣਦੇ, ਅਸੀਂ ਉਹਦੇ ਕੋਲ ਕਰਾਉਣਾ ਕੀ ਹੈ? ਸੋ ਇਹ ਹੈ ਜੀ ਕਿ ਮੈਨੂੰ ਤਾਂ ਲੱਗਦਾ ਸਥਾਨਕ ਉਮੀਦਵਾਰ ਹੀ ਹੋਣਗੇ, ਪਰ ਹੁਣ ਗੁਰਦਾਸਪੁਰ ਦੇ ਵਿੱਚ 4 ਜਾਣੇ ਇਸ ਵੇਲੇ ਦੌੜ ਦੇ ਵਿੱਚ ਆ, ਕਿਉਂਕਿ ਇੱਥੇ ਕਵਿਤਾ ਖੰਨਾ ਜਿਹੜੀ ਕਿ ਵਿਨੋਦ ਖੰਨਾ ਦੀ ਪਤਨੀ ਹੈ, ਉਹ ਪਿਛਲੇ ਕਈ ਮਹੀਨਿਆਂ ਤੋਂ ਪਠਾਨਕੋਟ ਦੇ ਵਿੱਚ ਡੇਰਾ ਲਾ ਕੇ ਬੈਠੇ ਆ। ਦੂਜੇ ਨੰਬਰ ਦੇ ਉੱਤੇ ਆਉਂਦੇ ਜੀ ਅਸ਼ਵਨੀ ਸ਼ਰਮਾ, ਜਿਹੜੇ ਕਿ ਇਸ ਵੇਲੇ ਵਿਧਾਇਕ ਵੀ ਹੈ ਬੀਜੇਪੀ ਦੇ, ਉਹਨਾਂ ਦੀ ਪੂਰੀ ਕੋਸ਼ਿਸ਼ ਹੈਗੀ ਜੀ ਗੁਰਦਾਸਪੁਰ 'ਚੋਂ ਮੈਨੂੰ ਟਿਕਟ ਮਿਲ ਜੇ। ਤੀਜੇ ਨੰਬਰ 'ਤੇ ਆਉਂਦੇ ਜੀ ਦਿਨੇਸ਼ ਬੱਬੂ, ਦਿਨੇਸ਼ ਬੱਬੂ 2-3 ਵਾਰ ਦੇ ਸਾਬਕਾ MLA ਆ ਤੇ ਬੀਜੇਪੀ ਦੇ ਸਤਿਕਾਰੇ ਆਗੂ ਆ, ਤੇ ਬੀਜੇਪੀ ਦਾ ਉਹਨਾਂ ਦੇ ਹੋਲਡ ਬਹੁਤ ਆ ਉਹਨਾਂ ਦਾ ਖੇਤਰ ਦੇ ਵਿੱਚ, ਉਹ ਵੀ ਦੌੜ ਦੇ ਵਿੱਚ ਆ। ਚੌਥੇ ਨੰਬਰ ਦੇ ਉੱਤੇ ਆਉਂਦੇ ਜੀ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਸਿੰਘ ਬਾਜਵਾ, ਉਹ ਚਾਹੁੰਦੇ ਜੀ ਕਿ ਮੈਨੂੰ ਟਿਕਟ ਮਿਲ ਜੇ, ਉਹ ਵੀ ਲਗਾਤਾਰ ਗੇੜੇ ਤੇ ਗੇੜਾ ਜਿਹੜਾ ਉਹ ਦਿੱਲੀ ਦਾ ਆ ਰਹੇ ਆ। ਸੋ ਇਹ 4 ਬੰਦੇ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਆ, ਇਹਨਾਂ 4ਾਂ ਦੇ ਵਿੱਚੋਂ ਕਿਸੇ ਤੇ ਗੁਣਾ ਪੈਂਦਾ ਜਾਂ ਇਹਨਾਂ 4ਾਂ ਨੂੰ ਪਰੇ ਰੱਖ ਕੇ ਕੋਈ 5ਵਾਂ ਆ ਜਾਂਦਾ, ਇਹ ਸਮਾਂ ਦੱਸੂਗਾ। ਪਰ ਸਥਾਨਕ ਲੋਕ ਆ ਜਿਹੜੇ ਉਹ ਚਾਹੁੰਦੇ ਆ ਵੀ ਐਤਕੀ ਕੜੀ ਘੋਲਣ ਵਾਲਾ ਬੰਦਾ ਕੋਈ ਨਾ ਹੋਵੇ, ਕਿਉਂਕਿ ਦੇਖੋ ਸੰਨੀ ਦਿਓਲ ਤਾਂ ਕਦੇ ਲੱਭੇ ਹੀ ਨਹੀਂ ਨਾ, ਵਿਨੋਦ ਖੰਨਾ ਵੀ ਐਂ ਸੀ ਬਹੁਤ ਘੱਟ ਲੱਭਦੇ ਸੀ। ਪਰ ਬੰਦੇ ਸੋਚਦੇ ਹੋਣੇ ਸ਼ਾਇਦ ਵੀ ਯਾਰ ਜੇਕਰ ਕੋਈ ਸਾਡਾ ਲੋਕਲ ਉਮੀਦਵਾਰ ਹੋਊਗਾ ਜਿੱਤਿਆ
ਤੇ ਜੇ ਅੱਜ ਨਾ ਮਿਲੂਗਾ ਤਾਂ ਮਹੀਨਾ ਠਹਿਰ ਕੇ ਮਿਲ ਜੂ, ਮਹੀਨੇ ਨੂੰ ਨਾ ਮਿਲੂਗਾ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਹੋਏ ਉਦੋਂ ਮਿਲ ਜੂਗਾ ਸਾਨੂੰ। ਪਰ ਗੱਲ ਇਹ ਆ ਵੀ ਹਾਲੇ ਤੱਕ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਰਾਏ ਆ ਉਹ ਪੜ੍ਹਨੀ ਚਾਹੀਦੀ ਆ। ਜੀ ਬਿਲਕੁਲ। ਤੇ ਚੜਾ ਸਾਹਿਬ ਉਧਰ ਜੇ ਕਾਂਗਰਸ ਦੀ ਗੱਲ ਕਰੀਏ, ਕਹਿੰਦੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਉਹਨਾਂ ਦੇ ਉੱਪਰ ਦਾਅ ਖੇਡ ਸਕਦੀ ਹੈ ਜੀ ਕਾਂਗਰਸ? ਹਾਂ ਬਿਲਕੁਲ ਜੀ, ਇਹ ਗੱਲ ਲਗਭਗ ਤੈਅ ਆ, ਇਹ ਮੈਂ 90% ਤੈਅ ਮੰਨਦਾ। ਕਿਉਂਕਿ ਦੇਖੋ ਜਲੰਧਰ ਆ ਜਿਹੜਾ ਖੇਤਰ ਨਾ, ਇੱਥੇ ਦਲਿਤ ਭਾਈਚਾਰੇ ਦੀ ਵੋਟ ਬਹੁਤ ਵੱਡੀ ਗਿਣਤੀ ਦੇ ਵਿੱਚ ਆ, ਮੈਨੂੰ ਲੱਗਦਾ ਜੀ ਕਿ ਇੱਥੇ ਦਾਅ ਇਹਨਾਂ ਦੇ ਉੱਤੇ ਹੀ ਖੇਡਿਆ ਜਾਊਗਾ। ਦੂਜੀ ਗੱਲ ਇਹ ਆ ਵੀ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਹੋਣਗੇ। ਚੰਨੀ ਸਾਹਿਬ ਦੀ ਡੇਰਾ ਬੱਲਾਂ ਵਾਲਿਆਂ ਦੇ ਨਾਲ ਬਹੁਤ ਸਾਂਝ ਆ। ਜਦੋਂ ਉਹ ਮੁੱਖ ਮੰਤਰੀ ਬਣੇ ਸੀ 3 ਕੁ ਮਹੀਨਿਆਂ ਵਾਸਤੇ ਉਹਨਾਂ ਨੇ 25 ਕਰੋੜ ਦਾ ਚੈੱਕ ਵੀ ਦਿੱਤਾ ਸੀਗਾ, ਇਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਰਾਜਨੀਤਿਕ ਕਈ ਚੱਲੀਆਂ ਸੀ। ਪਰ ਗੱਲ ਇਹ ਆ ਵੀ ਉਹਨਾਂ ਨੂੰ ਕਾਂਗਰਸ ਮੂਹਰੇ ਕਰਕੇ ਜਲੰਧਰ ਵਾਲੀ ਸੀਟ ਤੇ ਤਕੜਾ ਮੁਕਾਬਲਾ ਦੇਣ ਦੀ ਇੱਛਾ ਪਾਲਦੀ ਆ। ਹਾਲੇ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਕੋਈ ਉਮੀਦਵਾਰ ਅਫੀਸ਼ੀਅਲ ਨਹੀਂ ਉਲਾਨਿਆ ਗਿਆ। ਇੱਧਰ ਮੀਤ ਸ਼ੇਰ ਦੀ ਗੱਲ ਕਰ ਲਈਏ ਤਾਂ ਪਤਾ ਲੱਗਾ ਜੀ ਉਹ ਸੰਗਰੂਰ ਤੋਂ ਚੋਣ ਲੜ ਰਹੇ ਆ। ਇੱਧਰ ਗੁਰਪ੍ਰੀਤ ਜੀਪੀ ਦੀ ਗੱਲ ਕਰ ਲਈਏ, ਕਹਿੰਦੇ ਜੀ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੂੰ ਟਿਕਟ ਮਿਲ ਸਕਦੀ ਆ। ਇੱਧਰ ਜੀ ਗੱਲ ਕਰ ਲਈਏ ਆਪਾਂ ਬੀਬੀ ਪ੍ਰਨੀਤ ਕੌਰ ਦੀ, ਉਹ ਕਹਿੰਦੇ ਜੀ ਕਿ ਇਹਨਾਂ ਨੂੰ ਬੀਜੇਪੀ ਦੇ ਵੱਲੋਂ ਟਿਕਟ ਦਿੱਤੀ ਜਾ ਸਕਦੀ ਪਟਿਆਲੇ ਤੋਂ। ਇੱਦਾਂ ਦੇ ਸਾਰੇ ਮਾਮਲੇ ਜਿਹੜੇ ਉਹ ਧਿਆਨ ਦੇ ਵਿੱਚ ਹੈਗੇ ਸਭ ਦੇ, ਪਰ ਇਹ ਹੈ ਜੀ ਕਿ ਹਾਲੇ ਤੱਕ ਕਿਸੇ ਨੇ ਵੀ ਅਫੀਸ਼ੀਅਲ ਤੌਰ ਦੇ ਉੱਤੇ ਕਿਸੇ ਦਾ ਐਲਾਨ ਨਹੀਂ ਕੀਤਾ। ਜੀ ਤੇ ਟਿਹਰਾ ਸਾਹਿਬ, ਅਕਾਲੀ ਦਲ ਨੇ ਦੁਬਾਰਾ ਤੋਂ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕਰ ਲਈ ਹੈ ਜੀ? ਹਾਂ ਬਿਲਕੁਲ ਜੀ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਾ ਦੁਬਾਰਾ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਆ। ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਇਸ ਵੇਲੇ ਕਾਫੀ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ ਵੱਧ ਤੋਂ ਵੱਧ ਵੀ ਲੋਕਾਂ ਦੇ ਵਿੱਚ ਆਪਣੀ ਪੈਂਠ ਬਣਾ ਲਈਏ, ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਲਈਏ। ਪਰ ਸਮਾਂ ਦੱਸੂਗਾ ਬਣਦਾ ਕੀ ਆ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹ ਯਾਤਰਾ ਜਿਹੜੀ ਇਹ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਇਹ ਯਾਤਰਾ ਵਿਚਾਲੇ ਰੁਕ ਗਈ ਸੀ। ਇਹ ਯਾਤਰਾ ਤਾਂ ਕਰਕੇ ਰੁਕੀ ਸੀ ਕਿਉਂਕਿ ਉੱਧਰ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣਾ ਅੰਦੋਲਨ ਸ਼ੁਰੂ ਕਰਤਾ, ਕਿਸਾਨਾਂ ਦੇ ਅੰਦੋਲਨ ਦੇ ਕਰਕੇ ਇਹ ਯਾਤਰਾ ਰੁਕ ਗਈ ਸੀਗੀ। ਪਰ ਹੁਣ ਇਹ ਭਾਈ ਯਾਤਰਾ ਫੇਰ ਸ਼ੁਰੂ ਹੋਈ ਹੈ ਤੇ ਪਹਿਲਾਂ ਮਾਝੇ ਦੇ ਵਿੱਚ ਸੀ, ਹੁਣ ਇਹ ਮਾਲਵੇ ਦੇ ਵਿੱਚ ਆ। ਸੋ ਮਾਲਵੇ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਉਹ ਯਾਤਰਾ ਹੁਣ ਨਿਕਲ ਰਹੀ ਹੈ। ਇਹਦੇ ਆਉਂਦੇ ਸਮੇਂ ਦੇ ਵਿੱਚ ਚੰਗੇ ਪ੍ਰਭਾਵ ਹੋਣਗੇ, ਮਾੜੇ ਹੋਣਗੇ ਸਮਾਂ ਦੱਸੂਗਾ, ਪਰ ਯਾਤਰਾ ਜਿਹੜੀ ਉਹ ਵੱਖ ਵੱਖ ਥਾਵਾਂ ਤੋਂ ਹੁਣ ਨਿਕਲ ਰਹੀ ਆ। ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਵੀ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਨੁਕਸਾਨ ਬਹੁਤ ਕੀਤਾ, ਅਸੀਂ ਇਸ ਪਾਰਟੀ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਲੋਕਾਂ ਨੂੰ ਦੱਸ ਰਹੇ ਹਾਂ ਵੀ ਭਾਈ ਤੁਹਾਡੇ ਨਾਲ ਬਣ ਕੀ ਗਿਆ, ਲੋਕਾਂ ਨੂੰ ਦੱਸ ਰਹੇ ਹਾਂ ਵੀ ਤੁਸੀਂ ਆਹ ਕਿਉਂ ਕਰ ਰਹੇ ਹੋ, ਤੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਲੁੱਟੇ ਕਿਵੇਂ ਗਏ ਹੋ। ਸੋ ਦੇਖਦੇ ਹਾਂ ਭਾਈ ਲੋਕ ਕਿੰਨੇ ਕੁ ਨਾਲ ਤੁਰਦੇ, ਇਧਰੋਂ ਬੀਬੀ ਜਗੀਰ ਕੌਰ ਨੂੰ ਨਾਲ ਲੈ ਕੇ, ਬਾਕੀ ਅਕਾਲੀਆਂ ਨੂੰ ਨਾਲ ਲੈ ਕੇ, ਹੋਰ ਕਿਹੜੇ ਕਿਹੜੇ ਅਕਾਲੀ ਨਾਲ ਤੁਰ ਬਹਿੰਦੇ ਆ, ਇਹ ਵੀ ਸਮਾਂ ਦੱਸੂਗਾ ਜੀ। ਜੀ ਬਿਲਕੁਲ। ਚੜਾ ਸਾਹਿਬ ਅੱਗੇ ਵੱਧਦੇ ਹਾਂ ਜੀ, ਗੱਲ ਕਰਦੇ ਹਾਂ ਹੁਣ ਬਜਟ ਸੈਸ਼ਨ ਦੇ ਅਖੀਰਲੇ ਦਿਨ ਦੀ। ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੀ, ਬੀਜੇਪੀ ਦੇ ਉੱਪਰ ਕਾਫੀ ਜ਼ਿਆਦਾ ਵਰੇ ਨੇ ਜੀ, ਕਾਫੀ ਸਵਾਲ ਆਇਆ ਉਹਨਾਂ ਨੇ? ਹਾਂ ਬਿਲਕੁਲ ਜੀ ਬਿਲਕੁਲ, ਕਾਫੀ ਉਹਨਾਂ ਨੇ ਤਵਾ ਲਾਇਆ, ਉਹਨਾਂ ਨੇ ਖੂਬ ਤਵਾ ਲਾਇਆ ਅਸਲ ਦੇ ਵਿੱਚ। ਤੇ ਨਾਲ ਇਹ ਗੱਲ ਕਹੀ ਆ ਕਿ ਭਾਈ ਬੀਜੇਪੀ ਦੇ ਵੱਲੋਂ ਹਰ ਕੰਮ ਦੇ ਵਿੱਚ ਟੰਗ ਫਸਾਉਣ ਦਾ ਸਿਲਸਿਲਾ ਕਿਵੇਂ ਜਾਰੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਬੀਜੇਪੀ ਦੇ ਵੱਲੋਂ ਪੰਜਾਬ ਨੂੰ ਕਿਵੇਂ ਦਰਕਿਨਾਰ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਜੀ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਕੁਝ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਵਰਚੁਅਲ ਤਰੀਕੇ ਦੇ ਨਾਲ, ਉਹਦੇ 'ਚ ਪੰਜਾਬ ਦੇ ਵੀ ਕੁਝ ਪ੍ਰੋਜੈਕਟ ਹੈਗੇ ਆ। ਪਰ ਉਹ ਕਹਿੰਦੇ ਦੇਖੋ ਜੀ, ਇਹਨਾਂ ਨੇ ਨਾ ਤਾਂ ਪੰਜਾਬ ਦੇ ਲੋਕ ਬੁਲਾਏ, ਨਾ ਪੰਜਾਬ ਦੀ ਸਰਕਾਰ ਬੁਲਾਈ, ਇਹਨਾਂ ਨੇ ਸਿਰਫ ਡਰਾਮਾ ਕੀਤਾ ਇਹ। ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਰੂਰਲ ਡਿਵੈਲਪਮੈਂਟ ਫੰਡ ਦੇ 1000 ਕਰੋੜ ਰੁਪਈਆ ਪਿਆ ਸਾਡਾ, ਇਹ ਜਾਰੀ ਕਿਉਂ ਨਹੀਂ ਕਰਦੇ ਗੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਵੱਡੇ ਵੱਡੇ ਨੁਕਤੇ, ਵੱਡੇ ਵੱਡੇ ਸਵਾਲ ਚੁੱਕੇ ਹੈਗੇ ਆ। ਬਾਕੀ ਚਲੋ ਸਮੇਂ ਨੇ ਕਹਾਣੀ ਬਿਆਨ ਕਰਨੀ, ਪਰ ਜਿਸ ਤਰੀਕੇ ਦੇ ਨਾਲ ਐਤਕੀ ਵਿਧਾਨ ਸਭਾ ਦੇ ਵਿੱਚ ਤੇ ਭਗਵੰਤ ਮਾਨ ਕਦੇ ਕਾਂਗਰਸ ਦੇ ਦੁਆਲੇ, ਕਦੇ ਕਿਹੜੀ ਪਾਰਟੀ ਦੁਆਲੇ, ਕਦੇ ਕਿਹੜੀ ਪਾਰਟੀ ਦੁਆਲੇ ਹੋਏ ਆ, ਉਹਦੇ ਤੋਂ ਇਹ ਲੱਗਦਾ ਜੀ ਕਿ ਸਾਰੇ ਮੋਰਚੇ ਭਗਵੰਤ ਮਾਨ ਨੇ ਖੋਲੇ ਹੋਏ ਜੀ। ਜੀ ਜਿਹੜਾ ਸਾਹਿਬ ਬਿਜਲੀ ਮੰਤਰੀ ਦੀ ਗੱਲ ਕਰੀਏ ਜੀ, ਤਾਂ ਉਹ ਸਾਹਿਬ ਕਹਿੰਦੇ ਨੇ ਕਿ 71 ਲੱਖ ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਜ਼ੀਰੋ ਆਇਆ ਜੀ ਇਸ ਵਾਰ। ਹਾਂ ਬਿਲਕੁਲ ਜੀ ਬਿਲਕੁਲ, 71 ਲੱਖ ਦੇ ਕਰੀਬ ਲੋਕਾਂ ਦਾ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਜ਼ੀਰੋ ਆਇਆ। 71 ਲੱਖ ਲੋਕ ਆ ਜਿਹੜੇ ਉਹ ਇਸ ਵੇਲੇ ਜ਼ੀਰੋ ਬਿਜਲੀ ਦੇ ਬਿੱਲ ਦੇ ਨਾਲ ਸਾਰ ਰਹੇ ਆ, ਇਹ ਜਾਣਕਾਰੀ ਆਈ ਹੈਗੀ ਆ। ਇਹ ਜਾਣਕਾਰੀ ਦਿੱਤੀ ਹੈਗੀ ਜੀ ਇਹਨਾਂ ਨੇ, ਯਾਨੀ ਕਿ ਆਮ ਆਦਮੀ ਪਾਰਟੀ ਦੇ ਬਿਜਲੀ ਮੰਤਰੀ ਨੇ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਲਗਭਗ 71 ਲੱਖ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ, ਉਹਨਾਂ ਨੂੰ ਲਾਭ ਮਿਲਿਆ ਹੈਗਾ, ਤੇ ਲੋਕਾਂ ਦਾ ਅਸੀਂ ਕਿੰਨਾ ਫਾਇਦਾ ਸੋਚਦੇ ਹਾਂ। ਮਤਲਬ ਇਹ ਹੈ ਜੀ ਕਿ ਦੇਖੋ, ਮੁਫ਼ਤ ਦੀ ਚੀਜ਼ ਲੈਣੀ ਪੰਜਾਬੀਆਂ ਨੂੰ ਵੈਸੇ ਵੀ ਬਹੁਤ ਚੰਗੀ ਲੱਗਦੀ ਹੈ, ਪਰ ਕੋਈ ਵੀ ਚੀਜ਼ ਮੁਫ਼ਤ ਦੇ ਵਿੱਚ ਹੁੰਦੀ ਨਹੀਂ, ਇਹ ਅਸੀਂ ਮੰਨੀਏ ਜਾਂ ਨਾ ਮੰਨੀਏ। ਮੈਨੂੰ ਨਹੀਂ ਲੱਗਦਾ ਵੀ ਇਸ ਧਰਤੀ ਦੇ ਉੱਤੇ ਕੋਈ ਚੀਜ਼ ਮੁਫ਼ਤ ਦੇ ਵਿੱਚ ਹੈਗੀ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਮੁੱਲ ਅਦਾ ਕਰਨਾ ਪੈਂਦਾ।
ਕਿਤੇ ਤੁਹਾਨੂੰ ਆਪਣੇ ਜਜ਼ਬਾਤ ਤਾਰਨੇ ਪੈਂਦੇ ਆ, ਕਿਸੇ ਥਾਂ ਦੇ ਉੱਤੇ ਤੁਹਾਨੂੰ ਕੋਈ ਹੋਰ ਸੰਕਟ ਦਾ ਸਾਹਮਣਾ ਕਰਨਾ ਪੈਂਦਾ। ਸੋ ਇਹ ਵੇਰਵੇ ਆ। ਸੋ ਦੇਖਦੇ ਆ ਭਾਈ ਕਿ ਇਹਦੇ ਵਿੱਚ ਹੋਰ ਨਵਾਂ ਰੂਪਰੇਖਾ ਆਉਂਦੀ ਆ, ਪਰ ਗੱਲ ਇਹ ਆ ਵੀ ਇਸ ਵੇਲੇ ਦੀ ਵੱਡੀ ਜਾਣਕਾਰੀ ਇਹੀ ਆ ਵੀ ਪੰਜਾਬ ਦੇ ਲੋਕ ਆ ਜਿਹੜੇ ਉਹ 1,000 ਰੁਪਇਆ ਮਹੀਨਾ ਲੈਣ ਦੇ ਲਈ ਕਾਹਲੀ ਕਰੀ ਜਾਂਦੇ ਆ, ਸਾਡਾ 1,000 ਰੁਪਇਆ ਕਿੱਥੇ ਆ, ਸਾਨੂੰ ਸਾਡਾ 1,000 ਰੁਪਇਆ ਦਿਓ, ਸਾਡਾ 1,000 ਰੁਪਇਆ ਲਿਆਓ। ਬਸ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਦੀ ਕਾਹਲੀ ਆ ਜੀ। ਜੀ ਤੇ ਜਨਰਲ ਸਾਹਿਬ, ਕਾਂਗਰਸ ਨੇ ਕਹਿੰਦੇ 43 ਦੇ ਨੇੜੇ ਤੇੜੇ ਉਮੀਦਵਾਰਾਂ ਦੀ ਨਵੀਂ ਸੂਚੀ ਜਿਹੜੀ ਉਹ ਜਾਰੀ ਕੀਤੀ ਹੈ ਜੀ, ਕਿਹੜੇ ਉਮੀਦਵਾਰ ਨੇ? ਬਿਲਕੁਲ ਜੀ ਬਿਲਕੁਲ, ਇਹ 43 ਜਿਹੜੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਉਮੀਦਵਾਰਾਂ ਦੀ, ਇਹਦੇ ਵਿੱਚ ਪੰਜਾਬ ਤੇ ਹਰਿਆਣੇ ਦਾ ਕੋਈ ਵੀ ਨਹੀਂ ਆ, ਇਹਦੇ ਵਿੱਚ ਸਾਰੇ ਪੰਜਾਬੋਂ ਬਾਹਰਲੇ ਆ, ਇਹਦੇ ਵਿੱਚ ਸਾਰੇ ਦੇ ਸਾਰੇ ਹਰਿਆਣੇ ਤੋਂ ਬਾਹਰਲੇ ਆ, ਇਹਦੇ ਵਿੱਚ ਹੋਰ ਸੂਬਿਆਂ ਚੋਂ ਬਾਹਰਲੇ ਆ, ਜਿਵੇਂ ਦਮਨ ਤੇ ਦੀਪ ਤੋਂ ਇੱਕ ਆ, ਕੋਈ ਕਿਤੋਂ ਆ ਕੋਈ ਕਿਤੋਂ ਆ, ਇਸ ਤਰੀਕੇ ਦੇ ਨਾਲ ਇਹਨਾਂ ਨੇ ਉਮੀਦਵਾਰ ਐਲਾਨੇ ਆ। ਦੇਖੋ ਕਾਂਗਰਸ ਦੀ ਹਾਲਤ ਇਸ ਵੇਲੇ ਤੱਕ ਤਾਂ ਪਤਲੀ ਲੱਗਦੀ ਆ, ਕੱਲ ਨੂੰ ਮਜ਼ਬੂਤ ਹੋ ਜਾਏ ਕੁਝ ਕਹਿ ਨਹੀਂ ਸਕਦੇ, ਪਰ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਦੀ ਹਾਲਤ ਪਤਲੀ ਲੱਗਦੀ ਆ। 43 ਉਮੀਦਵਾਰਾਂ ਦੀ ਇਹਨਾਂ ਨੇ ਦੂਜੀ ਸੂਚੀ ਐਲਾਨ ਕੀਤੀ ਆ, ਪਰ ਪੰਜਾਬ ਤੇ ਹਰਿਆਣੇ ਨੂੰ ਹਾਲੇ ਤੱਕ ਨਹੀਂ ਛੋਇਆ ਜੀ। ਜੀ ਤੇਰਾ ਸਾਹਿਬ, ਜੈਸਲਮੇਰ ਦੇ ਵਿੱਚੋਂ ਖਬਰ ਆ ਰਹੀ ਹੈ ਜੀ, ਕਹਿੰਦੇ ਜੈਸਲਮੇਰ ਦੇ ਵਿੱਚ ਫੌਜ ਦਾ ਹੈਲੀਕਾਪਟਰ ਜਿਹੜਾ ਉਹ ਹਾਦਸਾ ਗ੍ਰਸਤ ਹੋ ਗਿਆ ਹੈ ਜੀ। ਹਾਂ ਬਿਲਕੁਲ ਬਿਲਕੁਲ, ਇਹ ਬੜੀ ਦੁੱਖ ਦੀ ਖਬਰ ਆਈ ਜੀ, ਫੌਜ ਦਾ ਹੈਲੀਕਾਪਟਰ ਜਿਹੜਾ ਉਹ ਹਾਦਸਾ ਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ ਕਹਿਣ ਦਾ ਭਾਵ ਇਹ ਆ। ਪਰ ਇਹ ਵੀ ਉੱਥੇ ਜਦੋਂ ਕ੍ਰੈਸ਼ ਹੋਇਆ ਤੇ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ, ਪਰ ਮਾਲੀ ਨੁਕਸਾਨ ਬਹੁਤ ਹੋ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉੱਥੇ ਉਹਨੂੰ ਜਹਾਜ਼ ਨੂੰ ਵੇਖਣ ਪਹੁੰਚੇ ਆ, ਉਹ ਤਾਂ ਇੱਕਦਮ ਹੀ ਜਿਹੜਾ ਉਹ ਅੱਗ ਦਾ ਭਾਂਬੜ ਬਣ ਗਿਆ। ਉਹ ਜਦੋਂ ਡਿੱਗਿਆ, ਉਹਦਾ ਬੈਲੈਂਸ ਗੁਆਚਿਆ, ਉਹ ਇੱਕ ਇਮਾਰਤ ਦੇ ਵਿੱਚ ਵੜ ਗਿਆ, ਉਸ ਤੋਂ ਬਾਅਦ ਭਾਈ ਇਹਨੂੰ ਅੱਗ ਲੱਗ ਗਈ ਆ। ਪਰ ਪਤਾ ਹੀ ਲੱਗਾ ਕਿ ਭਾਈ ਹੁਣ ਉੱਥੇ ਜਿਹੜੇ ਪਾਇਲਟ ਆ ਉਹ ਦੋਵੇਂ ਜਣੇ ਪਹਿਲਾਂ ਹੀ ਛਾਲ ਛੂਲ ਮਾਰ ਗਏ ਸੀਗੇ ਇਸ ਤਰੀਕੇ ਦੇ ਨਾਲ ਆ। ਸੋ ਫੌਜ ਦਾ ਹੈਲੀਕਾਪਟਰ ਜਿਹੜਾ ਕਿ ਕਰੋੜਾਂ ਰੁਪਏ ਦਾ ਸੀਗਾ, ਤੇ ਉਹ ਭਾਈ ਇਸ ਵੇਲੇ ਬਹੁਤ ਨੁਕਸਾਨਿਆ ਗਿਆ ਤੇ ਉਹਨੂੰ ਅੱਗ ਲੱਗ ਗਈ ਆ ਤੇ ਉਹ ਨਹੀਂ ਰਿਹਾ ਜੀ। ਜੀ ਤੇ ਹੁਣ ਗੱਲ ਕਰਦੇ ਹਾਂ ਜੀ ਤੇਰਾ ਸਾਹਿਬ ਬਲਕੌਰ ਸਿੰਘ ਹੋਰਾਂ ਦੀ, ਕਹਿੰਦੇ ਉਹਨਾਂ ਨੇ ਗਲਤ ਜਾਣਕਾਰੀਆਂ ਦੇਣ ਵਾਲਿਆਂ ਨੂੰ ਵਰਜਿਆ ਜੀ ਸੋਸ਼ਲ ਮੀਡੀਆ ਦੇ ਉੱਪਰ। ਹਾਂ ਬਿਲਕੁਲ ਜੀ, ਦੇਖੋ ਮੈਂ ਤੁਹਾਨੂੰ ਨਾ ਜੋ ਉਹਨਾਂ ਨੇ ਲਿਖਿਆ ਫੇਸਬੁੱਕ ਤੇ ਪਹਿਲਾਂ ਪੜ੍ਹ ਕੇ ਸੁਣਾ ਦਿੰਦਾ ਕਿ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਬਹੁਤ ਸਾਰੀਆਂ ਅਫਵਾਹਾਂ ਤੇ ਯਕੀਨ ਨਾ ਕਰੋ। ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ, ਤੇ ਸਿੱਧੂ ਤੇ ਚੋਣ ਵਾਲਿਆਂ ਦੇ ਵੱਲੋਂ ਜਿਹੜਾ ਫਿਕਰਮੰਦੀ ਜ਼ਾਹਰ ਕੀਤੀ ਜਾ ਰਹੀ ਆ ਉਹਦੇ ਲਈ ਅਸੀਂ ਧੰਨਵਾਦੀ ਹਾਂ। ਇਹ ਗੱਲ ਉਹਨਾਂ ਨੇ ਕਿਉਂ ਕੀਤੀ, ਹੁਣ ਸਵਾਲ ਇਹ ਆ, ਉਹਦਾ ਕਾਰਨ ਇਹ ਵੀ ਸਾਡੇ ਆਪੇ ਬਣੇ ਕੁਝ ਕੁ ਲੋਕ ਜਿਹੜੇ ਪੱਤਰਕਾਰ ਆ ਉਹ ਕਦੇ ਕੁਛ ਲਿਖ ਦਿੰਦੇ ਆ, ਕਦੇ ਕੁਛ ਬੋਲ ਦਿੰਦੇ ਆ, ਤੇ ਦੁੱਖ ਹੁੰਦਾ ਵੀ ਯਾਰ ਇਹ ਇਹਨਾਂ ਨੂੰ ਅਕਲੀ ਹੈ ਨਹੀਂ ਗੀ। ਅੱਜ ਦੀ ਤਰੀਕ ਦੇ ਵਿੱਚ ਹਰ ਕੋਈ ਪੱਤਰਕਾਰ ਆ, ਜਿਹਦੇ ਕੋਲੇ ਮੋਬਾਈਲ ਫੋਨ ਆ ਉਹੀ ਪੱਤਰਕਾਰ ਆ। ਸੋ ਬੇਨਤੀ ਇਹ ਆ ਕਿ ਭਾਈ ਆਪਦੇ ਫਰਜ਼ ਆ ਜਿਹੜੇ ਉਹ ਸਹੀ ਤਰੀਕੇ ਨਾਲ ਨਿਭਾਉਣੇ ਚਾਹੀਦੇ ਆ, ਜਿਹੜੇ ਕਿ ਸਾਡੇ ਲੋਕਾਂ ਦੇ ਵੱਲੋਂ ਨਿਭਾਏ ਨਹੀਂ ਜਾ ਰਹੇ, ਇਹਦੇ ਤੇ ਹੈਰਾਨੀ ਵੀ ਹੁੰਦੀ ਆ। ਪਰ ਜਾਣਕਾਰੀ ਹੁਣ ਇਹ ਮਿਲੀ ਆ ਵੀ ਕਦੇ ਕੋਈ ਲਿਖ ਦਿੰਦਾ ਜੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਘਰ 2 ਕੁੜੀਆਂ ਆਈਆਂ, ਕੋਈ ਲਿਖ ਦਿੰਦਾ ਜੀ 1 ਕੁੜੀ ਆਈ 1 ਮੁੰਡਾ ਆਇਆ, ਕੋਈ ਲਿਖ ਦਿੰਦਾ 2 ਮੁੰਡੇ ਆਏ, ਕੋਈ ਲਿਖ ਦਿੰਦਾ ਜੀ ਕੋਈ ਵਿਚਾਲੇ ਹਾਦਸਾ ਵਾਪਰ ਗਿਆ, ਕੋਈ ਕੁਛ ਕੋਈ ਕੁਛ। ਸੋ ਸੋਸ਼ਲ ਮੀਡੀਆ ਦੇ ਵੱਡੇ ਹਿੱਸੇ ਦੇ ਵੱਲੋਂ ਜੋ ਮੂਰਖ ਬੱਤੀਆਂ ਜੋ ਵਾਹੀਆਤ ਗੱਲਾਂ ਕੀਤੀਆਂ ਜਾ ਰਹੀਆਂ ਉਹਦੇ ਕਰਕੇ ਬਾਪ ਨੂੰ ਯਾਨੀ ਕਿ ਬਲਕੌਰ ਸਿੰਘ ਨੂੰ ਤੇ ਇਹ ਸਾਹਮਣੇ ਆ ਕੇ ਆ ਗੱਲ ਕਰਨੀ ਪਈ ਆ। ਤੇ ਪਰ ਲੋਕ ਟਲਦੇ ਨਹੀਂ ਜੀ, ਲੋਕ ਹਟਦੇ ਨਹੀਂ, ਲੋਕਾਂ ਨੂੰ ਹੋਇਆ ਪਤਾ ਨਹੀਂ ਕੀ ਆ ਜੀ। ਜੀ ਬਿਲਕੁਲ, ਪਰ ਟਾਣਾ ਸਾਹਿਬ ਜਦੋਂ ਤੋਂ ਲੋਕਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਆਏ ਨੇ ਨਾ, ਜਿਵੇਂ ਤੁਸੀਂ ਕਿਹਾ ਵੀ ਹਰ ਕੋਈ ਹੀ ਆਪਣੇ ਆਪ ਨੂੰ ਪੱਤਰਕਾਰ ਸਮਝਣ ਲੱਗ ਗਿਆ, ਇਹਦੇ ਕਰਕੇ ਜਿਹੜੀ ਇਹ ਚੀਜ਼ਾਂ ਹੈ ਉਹ ਬਹੁਤ ਨਿਘਾਰ ਵੱਲ ਨੂੰ ਜਾ ਰਹੀਆਂ, ਸਮਾਜ ਦੇ ਵਿੱਚ ਪਤਾ ਹੀ ਨਹੀਂ ਕੀ ਹੋਈ ਜਾਂਦਾ, ਹਰ ਕੋਈ ਬੰਦਾ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣ ਲੱਗ ਗਿਆ ਜੀ। ਦੇਖੋ ਜੀ, ਪੱਤਰਕਾਰ ਦਾ ਮਤਲਬ ਹੁੰਦਾ ਤੁਸੀਂ ਇਨਫੋਰਮੇਸ਼ਨ ਦੇਣੀ ਹੈ, ਇਨਫੋਰਮੇਸ਼ਨ ਲੈ ਕੇ ਲੋਕਾਂ ਤੱਕ ਪਹੁੰਚਦੀ ਕਰਨੀ ਹੈ, ਤੁਸੀਂ ਵੱਖ ਵੱਖ ਰਾਜਨੀਤਿਕ ਮੁੱਦਿਆਂ ਤੇ ਵੱਖ ਵੱਖ ਮਸਲਿਆਂ ਤੇ ਆਪਣੀ ਟਿੱਪਣੀ ਦੇਣੀ ਹੈ, ਪਰ ਕੋਲੋਂ ਬਣਾ ਕੇ ਟਿੱਪਣੀ ਨਹੀਂ ਦੇਣੀ ਗੀ। ਪੱਤਰਕਾਰ ਦਾ ਮਤਲਬ ਕੋਲੋਂ ਕ੍ਰੀਏਟ ਕਰਨਾ ਕੁਛ ਨਹੀਂ ਹੁੰਦਾ, ਹੋ ਵਾਪਰ ਰਹੇ ਦੇ ਉੱਤੇ ਟਿੱਪਣੀ ਕਰਨੀ ਸਭਿਅਕ ਸ਼ਬਦਾਂ ਦੇ ਵਿੱਚ, ਜਾਂ ਹੋ ਵਾਪਰ ਰਹੇ ਦੇ ਉੱਤੇ ਟਿੱਪਣੀ ਕਰਕੇ ਜੋ ਕੁਝ ਵੀ ਚੱਲ ਰਿਹਾ ਤੇ ਉਹਦੇ ਬਾਰੇ ਜਾਣਕਾਰੀ ਹੈ ਜਿਹੜੀ ਬਾਕੀ ਲੋਕਾਂ ਨਾਲ ਸਾਂਝੀ ਕਰਨੀ, ਇਹ ਉਹਦੇ ਅਧਿਕਾਰ ਖੇਤਰ ਦੇ ਵਿੱਚ ਗੱਲ ਹੁੰਦੀ ਆ। ਪਰ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਆ, ਇਸ ਦੌਰ ਦੇ ਵਿੱਚ ਇਹ ਹੁੰਦਾ ਜੀ ਕਿ ਮੈਨੂੰ ਵਿਊ ਵੱਧ ਆਉਣ, ਇਸ ਕਰਕੇ ਜੋ ਗੰਦੀ ਮੰਦੀ ਫੋਟੋ ਨਾਲ ਲਾ ਕੇ ਜੋ ਬਕਵਾਸ ਲਿਖ ਸਕਦੇ ਆ ਲਿਖ ਕੇ ਤੇ ਆਹ ਕੁਝ ਕਰਦੇ ਆ। ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬੜੀ ਵਾਰ ਹੁੰਦਾ ਰਿਹਾ ਜੀ। ਜੀ ਤੇ ਟਾਣਾ ਸਾਹਿਬ, ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਜੀ, ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦਾ ਮੌਸਮ ਠੀਕ ਆ ਜੀ, ਪੰਜਾਬ ਦੇ ਵਿੱਚ 13 ਤੇ 14 ਯਾਨੀ ਕਿ ਅੱਜ ਤੇ ਕੱਲ ਨੂੰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਨੇ ਗੱਲ ਕਹੀ ਹੈ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ। ਜੀ ਤੇ ਤੇਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਅੱਜ ਦੇ ਲਈ ਇੰਨੇ ਹੀ, ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਬਹੁਤ ਬਹੁਤ ਮਿਹਰਬਾਨੀ। ਮਿਹਰਬਾਨੀ ਜੀ, ਮਿਹਰਬਾਨੀ।